ਸਰਕੀ ਜਿਹੜਾ ਫੜਿਆ ਗਿਆ ਗੇਮ ਜਿੱਦਾਂ ਤੁਹਾਨੂੰ ਪਤਾ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਅਸੀਂ ਪਾਤਰਾਂ ਸਬ ਡਿਵੀਜ਼ਨ 'ਚ ਇੰਟਰਸਟੇਟ ਨਾਕੇ ਲਾਏ ਹੈਗੇ ਨੇ, ਉਹਨਾਂ 'ਚੋਂ ਇੱਕ ਨਾਕਾ ਜੋ ਢਾਬੀ ਗੁਜਰਾਂ ਵਿੱਚ ਹੈਗਾ, ਉਸ 'ਤੇ ਅੱਜ ਸਵੇਰੇ ਬੱਸ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਕੋਲੋਂ ਸਾਨੂੰ ਚਾਂਦੀ ਰਿਕਵਰ ਹੋਇਆ, ਜਿਹੜਾ ਜਿਹਦਾ ਟੋਟਲ ਭਾਰ 18 ਕਿਲੋ 600 ਗ੍ਰਾਮ ਹੈ ਅਤੇ ਇਹ ਬਿਸਕਟਾਂ ਪੀਸਿਸ ਦੇ ਵਿੱਚ ਹੈਗਾ, 43 ਪੀਸ ਨੇ। ਇਹ ਬੰਦਾ ਰੋਹਤਕ ਤੋਂ ਲੈ ਕੇ ਆ ਰਿਹਾ ਸੀ ਅਤੇ ਅੱਗੇ ਇਸਨੇ ਸੰਗਰੂਰ ਡਿਸਟ੍ਰਿਕਟ ਜਾਣਾ ਸੀ, ਸੁਨਾਮ ਲੈ ਕੇ ਜਾ ਰਿਹਾ ਸੀ। ਮੌਕੇ ਤੋਂ ਅਸੀਂ ਰਿਕਵਰ ਕਰਨ ਤੋਂ ਬਾਅਦ ਇਨਕਮ ਟੈਕਸ ਅਤੇ ਐਕਸਾਈਜ਼ ਦੀਆਂ ਟੀਮਸ ਨੂੰ ਕਾਲ ਕੀਤਾ, ਉਹ ਆਪਣੀ ਕਾਰਵਾਈ ਕਰ ਮਹਾਰਾਸ਼ਟਰ ਦਾ ਹੈਗਾ ਇਹ, ਸਾਂਗਲੀ ਦਾ ਜੀ, ਬੀਟਾ ਠਾਣਾ ਪੈਂਦਾ ਇਹਨੂੰ, ਸਾਂਗਲੀ ਇਹ ਕੰਮ ਇਹੀ ਕਰਦਾ ਜਾਂ ਹੋਰ ਕੰਮ ਦੀ ਬਿਜ਼ਨਸ ਕਰਦਾ ਇਸ ਤਰ੍ਹਾਂ ਜੀ? ਇਹ ਸੁਨਾਰੇ ਨਾਲ ਕਿਸੇ ਨਾਲ ਐਸੋਸੀਏਟਡ ਹੈਗਾ, ਡਿਟੇਲ ਤਾਂ ਹਲੇ ਆਊਗੀ ਫਿਰ ਜੀ। ਕੀਤਾ ਇਹਨਾਂ ਨੇ ਕੀ ਦੱਸਿਆ ਜੀ ਵੀ ਕੀ ਸੁਨਿਆਰ ਨੂੰ ਵੇਚਣ ਜਾ ਰਹੇ ਸੀ ਜਾਂ ਮਤਲਬ ਇਹਦੇ ਕੋਲ ਜੀ ਡਾਕੂਮੈਂਟਸ ਨਹੀਂ ਸੀਗੇ ਕੋਈ ਪ੍ਰੋਪਰ, ਉਹ ਵੀ ਜਿਹੜੇ ਇਨਕਮ ਟੈਕਸ ਦੀ ਟੀਮ ਆਈ ਹੋਈ ਹੈ ਉਹ ਅੱਗੇ ਕਲੀਅਰ ਕਰੇਗੀ, ਜੋ ਜੇ ਡਾਕੂਮੈਂਟੇਸ਼ਨ ਹੋਈ ਤਾਂ ਠੀਕ ਹੈ, ਅਦਰਵਾਈਜ਼ ਵਾਲੇ ਡਾਕੂਮੈਂਟੇਸ਼ਨ ਇਹਦੇ ਕੋਲ ਕੋਈ ਨਹੀਂ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਇਸ ਤਰ੍ਹਾਂ ਦੇ ਮੈਂ ਫਿਰ ਦੁਬਾਰਾ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਵੀ ਕਰਨਾ ਚਾਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਦੀ ਇੰਸਟਰਕਸ਼ਨ ਦੇ ਮੁਤਾਬਕ ਕੈਸ਼ ਕੈਰੀ ਕਰਨ ਦੀ ਵੀ ਲਿਮਿਟ ਹੈ, ਅਤੇ ਇੱਦਾਂ ਹੀ ਜੋ ਤੁਸੀਂ ਕੀਮਤੀ ਸਮਾਨ ਲੈ ਕੇ ਜਾਂਦੇ ਹੋ ਬਿਨਾਂ ਡਾਕੂਮੈਂਟੇਸ਼ਨ ਦੇ ਕੋਈ ਨਾ ਕੈਰੀ ਕਰੇ, ਉਹ ਜ਼ਬਤ ਵੀ ਕੀਤਾ ਜਾ ਸਕਦਾ ਅਤੇ ਅੱਗੇ ਕਾਰਵਾਈ। ਕਿਹਦੀ ਕਾਰਵਾਈ ਫੜਿਆ ਗਿਆ ਜੀ ਅੱਜ ਇਸ ਤਰ੍ਹਾਂ? ਲੱਗੀ ਹੈ ਹਾਲੇ ਧਾਰਾ ਕੋਈ ਨਹੀਂ ਲੱਗੀ ਜੀ, ਸਾਡੀ ਟੀਮ ਪੁਲਿਸ ਟੀਮ ਸੀਗੀ, ਹੈੱਡ ਕੋਂਸਟੇਬਲ ਬਲਵਿੰਦਰ ਕੁਮਾਰ ਇਹਨਾਂ ਵੱਲੋਂ ਹੈਡ ਟੀਮ ਸੀਗੀ, ਅਤੇ ਇੰਟਰਸਟੇਟ ਨਾਕੇ 'ਤੇ ਸਾਰੀਆਂ ਜਿੰਨੀਆਂ ਗੱਡੀਆਂ ਲੰਘਦੀਆਂ ਸੀ ਤਕਰੀਬਨ ਢਾਬੀ ਗੁਜਰਾਂ ਜੀ ਨਰਮਾਣਾ ਆਪਣੇ ਬੋਡੀ ਤੇ ਜੈਕਟ ਪਾਈ ਸੀ, ਉਹਦੀ ਜੇਬਾਂ ਫੜੀਆਂ ਸੀਗੀਆਂ।